देखिए सामने बॉर्डर है, पाकिस्तान का बॉर्डर जी, अपने इंडियन के घर आ गए इधर। तो ये अपने इंडियन की गाड़ी आ रही है सामने। जय श्री राम, जय श्री राम। नहीं होंगी बस इंटर काम में ਦੋੜ ਮੰਗੋਲੀ ਕੁਝ ਦੇ ਨਹੀਂ ਲਾ ਬਾਬਾ ਮੰਗੋਲੀ ਨਿਕਲਾਉੜਿਓ ਬਾਹਰ ਖਲਾਉੜਿਓ ਰੱਖ ਲਓ। ਜੈ ਸ਼੍ਰੀ ਰਾਮ, ਜੈ ਭੋਲੇਨਾਥ, ਹਰ ਹਰ ਮਹਾਦੇਵ। ਦੇਖੋ ਮਸਾਲਾ, ਦੇਖੋ ਅੰਗ ਮਸਾਲਾ ਕਿਹੜੇ ਡੰਗਰ ਕਿੰਨੇ ਜੱਟ ਨੀ ਕੋਈ ਇਆਂ ਨਗੇਲਾ ਜੱਟ ਜਗਾ ਵੀ ਹੋਣੀ ਦੇਸੀ ਕਿਉਂ ਖਾਂਦੇ ਇੰਡੀਅਨ ਕੇ ਘਰ ਹੈ ਲਾਸਟ ਗਾਓ ਜੇ ਬੱਕਰੀਆਂ ਜੀ ਦੇਖੀਏ ਕੰਮ ਕਰ ਰਹੇ ਹੈ, ਕੰਮ ਕਰ ਰਹੇ ਹੈ, ਲੱਗੇ ਹੈ ਜੀ। ਦੇਖੋ ਮੰਜੇ ਜੇ ਪੂਰਾ ਪੰਜਾਬ ਦਿਖ ਰਿਹਾ ਹੈ, ਜੈਸੇ ਹਮ ਪੰਜਾਬ ਮੇਂ ਘੁੰਮ ਰਹੇ ਹੈ ਵੈਸੇ ਆ ਗਏ ਹਾਂ ਇੱਧਰ। ਸਰਵੰਚ ਜੀ ਬਸੰਤੀ ਗੜਕਾ ਚੋਲਾ ਚੱਲਿਆ, ਉਹ ਆਪਣਾ ਮੰਦਿਰ ਸੱਲਣੇ ਦੇ ਘਰ ਵੀ ਹਨ ਬਾਬਾ ਤੇ ਸੱਲਣ ਦੇ ਪੰਡਿਤ, ਪੰਡਿਤ ਸੱਲਣ ਨਹੀਂ ਹੈ ਜੀ। ਆ ਗਿਆ ਇਹਦੇ ਕੰਨੇ ਕੀ ਆਉਂਦਾ ਪਾਕਿਸਤਾਨ ਦੇ ਕੰਨੇ ਘਰ ਲੱਭਦੇ ਸਾਹਮਣੇ ਲੱਭਦੇ ਘਰ ਹੁੰਦੇ ਇਹਦਾ ਗੋਲੀਆਂ ਲੱਗੀਆਂ, ਇਹ ਗੋਲੀਆਂ ਲੱਗੀਆਂ ਹਮ ਵਹਾਂ ਆਏ ਹੈ ਜਹਾਂ ਗੋਲੀਆਂ ਚਲਤੀ ਥੀ ਦਿਨ ਰਾਤ, ਔਰ ਮੋਦੀ ਜੀ ਆਏ ਹੈ, ਮੋਦੀ ਜੀ ਆਏ ਗੋਲੀਆਂ ਵਾਲਾ ਸਿਸਟਮ ਖਤਮ ਕਰ ਗਿਆ। ਚਾਚੂ ਜੀ ਨੇ ਹਮੇ ਦਿਖਾਇਆ ਗੋਲੀਆਂ ਕੇ ਫੈਰ, ਜੇ ਚਾਚੂ ਜੀ ਬੈਠੇ ਹੈ ਇਧਰ। ਜੈ ਭੋਲੇਨਾਥ, ਹਰ ਹਰ ਮਹਾਦੇਵ। ਸ਼ਾਬਾਸ਼ 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 ਜਾਣਦੇ ਬੱਲੇ ਬੱਲੇ ਜਾਣਦੇ ਬੱਲੇ ਜੇ ਹਮਾਰੇ ਰਵਨ ਭੱਲਾ ਜੀ ਸਾਹਮਣੇ ਦਿਖ ਰਹੇ ਹੈ। ਤੁਸੀਂ ਪਾਇਆ ਬੋਲ ਬਾਬਾ ਬਾਬਾ ਨਹੀਂ ਰੋ ਬੱਲੇ ਜ਼ਿਆਦਾ ਉਹ ਨਹੀਂ ਜੁਗਲ ਨਹੀਂ ਪਿਆ ਜੁਗਲ ਹੀ ਜ਼ਿਆਦਾ ਆ ਪਾਉਣਾ ਚਾਹੀਦਾ ਭੈਣ। ਮੋਦੀ ਨੇ ਮੰਦਰ ਬਣਾਇਆ ਜੇ ਕਿ ਫੈਰਿੰਗ ਜਾਰੀ ਬੰਦ ਹੋਈ ਮੋਦੀ ਨੇ ਕਰਾਈ ਦੀ ਬੰਦ ਗਲਤ ਹੈ ਕਹਿੰਦਾ ਮੈਂ ਨਾ ਤੇ ਭੈਣ ਛੇ ਛੇ ਮਹੀਨੇ ਬਾਅਦ ਫੈਰਿੰਗ ਹੁੰਦੀ ਇੱਥੇ ਬਹੁਤ ਸਾਹਮਣੇ ਇੰਡੀਅਨ ਕਾ ਝੰਡਾ ਦਿਖਾਈ ਦੇ ਰਿਹਾ।
वो पाकिस्तान का सामने वो टावर दिख रहा है, छोटा सा झंडा दिखाई दे रहा है उनका, खड़े होते वो सामने पाकिस्तान का झंडा दिखाई दे रहा है, जूम करके दिखाते हैं आपको, वो सामने टावर जैसे टावर के ऊपर लगाया है, वो सामने उधर इनका पाकिस्तान वालों का गांव है, उधर वो टावर पे है, तो ये हमारा इंडियन झंडा। वो तो बैठे थे, वो आर्मी वाली गड्डी फिरा दी, गड्डी फिरते रहती है, वो आर्मी वालों की गाड़ी आ रही है सामने, ये हमारे डॉक्टर साहब जा रहे हैं। जय भोलेनाथ, हर हर महादेव। वीडियो शेयर करें, लाइक करें, कमेंट करें, बहुत ही जो भी इधर नहीं आया है वो इधर जरूर आए बॉर्डर में। जय भोलेनाथ।